ਕਿਸੇ ਨੇ ਦੋ ਬੰਦੇ ਕਾਬੂ ਕੀਤੇ ਜਿਹਨਾਂ ਕੋਲ ਬੈਗ ਸੀਗੀ। ਬੈਗਾਂ ਨੂੰ ਜਦੋਂ ਚੈੱਕ ਕੀਤਾ ਤਾਂ ਉਹਨਾਂ 'ਚ ਨਸ਼ੀਲੀਆਂ ਗੋਲੀਆਂ ਸੀਗੀਆਂ। ਦੋਨੇ ਬੈਗਾਂ ਦੇ ਵਿੱਚੋਂ 30,000 ਜਿਹੜੀਆਂ ਨਸ਼ੀਲੀਆਂ ਗੋਲੀਆਂ ਮਿਲੀਆਂ। ਇਹ ਰਾਜਸਥਾਨ ਤੋਂ ਲੈ ਕੇ ਆਏ ਸੀਗੇ, ਉਹ ਦੱਸ ਰਹੇ ਨੇ ਹਜੇ ਵੈਰੀਫਾਈ ਕਰ ਰਹੇ ਨੇ ਕਿੱਥੋਂ ਲੈ ਕੇ ਆਏ ਸੀ। ਇਹਨਾਂ ਦੇ ਜਿਹੜੇ ਮੋਬਾਈਲ ਆ ਸੀ ਉਹ ਕਬਜ਼ੇ 'ਚ ਲੈ ਲਏ ਆ। CDR ਤੋਂ ਪਤਾ ਲੱਗੂਗਾ ਵੀ ਕਿਹਦੇ ਥਰੂ ਇਹ ਲੈ ਕੇ ਆਏ ਸੀਗੇ। ਬਠਿੰਡਾ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕਰਦੇ ਹੋਏ ਜੀਜਾ ਸਾਲੇ ਨੂੰ 30,000 ਦੀਆਂ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ। ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਉਹਨਾਂ ਨੇ ਨਾਕੇਬੰਦੀ ਦੌਰਾਨ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ 30,000 ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ। ਪੁਲਿਸ ਨੇ ਇਹ ਵੀ ਦੱਸਿਆ ਕਿ ਫੜੇ ਗਏ ਵਿਅਕਤੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹਨਾਂ ਵੱਲੋਂ ਇਹ ਨਸ਼ੀਲੀਆਂ ਗੋਲੀਆਂ ਰਾਜਸਥਾਨ ਤੋਂ ਮੰਗਵਾਈਆਂ ਗਈਆਂ ਸਨ। ਉਧਰ ਪੁਲਿਸ ਨੇ ਦੋਨੋਂ ਨਸ਼ਾ ਤਸਕਰਾਂ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੀਐਸਏ ਰਾਜਪਾਲ ਨੇ ਸਵੇਰੇ ਰਜਿੰਦਰਾ ਕਾਲਜ ਕੋਲ ਟ੍ਰੈਪ ਲੱਗਾ ਸੀ, ਉੱਥੇ ਇਹਨੇ ਦੋ ਬੰਦੇ ਕਾਬੂ ਕੀਤੇ ਜਿਹਨਾਂ ਕੋਲ ਬੈਗ ਸੀਗੀ। ਬੈਗਾਂ ਨੂੰ ਜਦੋਂ ਚੈੱਕ ਕੀਤਾ ਤਾਂ ਉਹਨਾਂ 'ਚ ਨਸ਼ੀਲੀਆਂ ਗੋਲੀਆਂ ਸੀਗੀਆਂ। ਉੱਥੇ ਉਹਨਾਂ ਨੇ ਡੀ ਐੱਸ ਪੀ ਡੀ ਸਾਹਿਬ ਨੂੰ ਮੌਕੇ 'ਤੇ ਬੁਲਾਇਆ। ਮੌਕੇ 'ਤੇ ਬੁਲਾ ਕੇ ਉਹਨਾਂ ਦੀ ਸਰਚ ਕੀਤੀ ਤਾਂ ਉਹਨਾਂ ਦੋਨਾਂ ਕੋਲੋਂ ਦੋਨੇ ਬੈਗਾਂ ਦੇ ਵਿੱਚੋਂ 30,000 ਜਿਹੜੀਆਂ ਨਸ਼ੀਲੀਆਂ ਗੋਲੀਆਂ ਮਿਲੀਆਂ। ਉਹਨਾਂ 'ਤੇ ਕੇਸ ਰਜਿਸਟਰ ਕਰਤਾ ਜੀ। ਇਹ ਦੋਨੇ ਰਿਸ਼ਤੇਦਾਰੀ ਦੇ ਵਿੱਚ ਸਾਲਾ ਪਨੋਈਆ ਨੇ ਆਪਸ ਵਿੱਚ। ਇੱਕ ਬੰਦਾ ਬਠਿੰਡੇ ਦਾ ਰਹਿਣ ਵਾਲਾ, ਇੱਕ ਬੰਦਾ ਗਦਰਵਾ ਦਾ ਰਹਿਣ ਵਾਲਾ। ਇਹ ਰਾਜਸਥਾਨ ਤੋਂ ਲੈ ਕੇ ਆਏ ਸੀਗੇ, ਉਹ ਦੱਸ ਰਹੇ ਨੇ ਹਜੇ ਵੈਰੀਫਾਈ ਕਰ ਰਹੇ ਨੇ ਕਿੱਥੋਂ ਲੈ ਕੇ ਆਏ ਸੀ। ਇਹਨਾਂ ਦੇ ਜਿਹੜੇ ਮੋਬਾਈਲ ਆ ਸੀ ਉਹ ਕਬਜ਼ੇ 'ਚ ਲੈ ਲਏ ਆ। CDR ਤੋਂ ਪਤਾ ਲੱਗੂਗਾ ਵੀ ਕਿਹਦੇ ਥਰੂ ਇਹ ਲੈ ਕੇ ਆਏ ਸੀਗੇ। ਪਹਿਲਾਂ ਵੀ ਕੰਮ ਕੁੰਮ ਕਰਦੇ ਸੀ? ਹਜੇ ਤੱਕ ਇੰਟਰੋਗੇਸ਼ਨ ਇਹਨਾਂ ਦੀ ਚੱਲੀ ਜਾਂਦੀ ਹੈ। ਜਿਹੜਾ ਗੱਲ ਸਾਹਮਣੇ ਆਊਗੀ ਫਿਰ ਅਸੀਂ ਸਫਾ ਮਿਸਲ 'ਤੇ ਲਿਆਵਾਂਗੇ। ਬਠਿੰਡਾ ਤੋਂ ਅਵਤਾਰ ਸਿੰਘ ਕੈਂਤੀ, ਰਿਪੋਰਟ। ਫ੍ਰੀ ਸੇਵਾ, ਫ੍ਰੀ ਸਮਾਧਾਨ। ਵਿਦੇਸ਼ 'ਚ ਬੈਠੇ ਕਿਉਂ ਹੋ ਪਰੇਸ਼ਾਨ? ਤੰਤਰ ਮੰਤਰ, ਕਾਲੀ ਸ਼ਕਤੀ ਅਤੇ ਕਾਲੇ ਇਲਮ ਦੇ ਬੇਤਾਜ ਬਾਦਸ਼ਾਹ ਸਰਦਾਰ ਧਰਮਿੰਦਰਜੀਤ ਸਿੰਘ ਜੀ। ਮੇਰਾ ਕੀਤਾ ਹੋਇਆ ਚੱਲੇਗਾ 7 ਸਮੁੰਦਰ ਪਾਰ। ਕੋਈ ਅਜਿਹਾ ਤਾਲਾ ਨਹੀਂ ਜੋ ਖੁੱਲੇ ਨਾ। ਹਰ ਕੰਮ ਹੁੰਦਾ ਹੈ ਕਰਨ ਵਾਲਾ ਚਾਹੀਦਾ। ਹਰ ਸਮੱਸਿਆ ਦਾ ਸਮਾਧਾਨ 100% ਗਾਰੰਟੀ ਨਾਲ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ। ਸਪੈਸ਼ਲਿਸਟ ਵਸ਼ੀਕਰਨ ਕਰਨਾ ਜਾਂ ਤੁੜਵਾਉਣਾ। ਲਵ ਮੈਰਿਜ, ਲਾਟਰੀ ਨੰਬਰ, PR ਪ੍ਰੋਬਲਮ, ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਕਰਜ਼ਾ ਮੁਕਤੀ, ਸੱਸ ਨੂੰ ਪਤੀ ਪਤਨੀ ਵਿੱਚ ਅਣਬਣ, ਮਨ ਚਾਹਿਆ ਪਿਆਰ, ਬੱਚੇ ਕਹਿਣੇ ਤੋਂ ਬਾਅਦ, ਘਰ ਵਿੱਚ ਕਲੇਸ਼, ਤੁਹਾਡਾ ਕੋਈ ਭੈਣ ਭਰਾ, ਪਤੀ ਪਤਨੀ, ਪ੍ਰੇਮੀ ਪ੍ਰੇਮਿਕਾ ਕਿਸੇ ਦੇ ਵਸ ਵਿੱਚ ਹੈ, ਉਸ ਨੂੰ ਬਾਹਰ ਕੱਢਣ ਲਈ ਤੁਰੰਤ ਸੰਪਰਕ ਕਰੋ ਸਰਦਾਰ ਧਰਮਿੰਦਰਜੀਤ ਸਿੰਘ ਜੀ ਨਾਲ 9878484826।